ਨਮਸਕਾਰ, ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਦਾ ਸਵਾਗਤ। ਜਦੋਂ ਬਾਹਰ ਜਾਣ ਦੀ ਗੱਲ ਹੁੰਦੀ ਹੈ, ਕੈਨੇਡਾ ਦਾ ਨਾਮ ਆਉਂਦਾ। ਪੈਸੇ ਕਮਾਉਣ ਦੀ ਗੱਲ ਹੁੰਦੀ ਹੈ ਵਿਦੇਸ਼ 'ਚ ਜਾ ਕੇ, ਤਾਂ ਆਸਟ੍ਰੇਲੀਆ ਦਾ ਨਾਮ ਆਉਂਦਾ। ਅੱਜ ਗੱਲ ਕਰਾਂਗੇ ਆਸਟ੍ਰੇਲੀਆ ਦੀ, ਥੋੜ੍ਹਾ ਜਿਹਾ ਕੈਨੇਡਾ ਤੋਂ ਹੱਟ ਕੇ। ਕੈਨੇਡਾ ਦੀ ਪ੍ਰਮੋਸ਼ਨ ਚੱਲਦੀ ਪਈ ਆ, ਕਰਦੇ ਪਏ ਹਾਂ, ਬੜੇ ਵੀਜ਼ੇ ਆ ਰਹੇ ਆ। ਥੋੜ੍ਹੀ ਜਿਹੀ ਪ੍ਰੋਬਲਮ ਹੈ ਕੈਨੇਡਾ ਦੇ ਵਿੱਚ ਕਿ ਜਿਹੜੇ ਬੱਚਿਆਂ ਦੇ ਬੈਂਡ ਘੱਟ ਨੇ, ਜਿਨ੍ਹਾਂ ਦੇ 5.5 ਬੈਂਡ ਨੇ, ਉਹਨਾਂ ਦੇ ਦਾਖਲੇ ਨਹੀਂ ਹੋ ਪਾ ਰਹੇ। ਉਹਨਾਂ ਦੀਆਂ ਐਪਲੀਕੇਸ਼ਨ ਪ੍ਰੋਸੈਸ ਟਾਈਮ ਬਹੁਤ ਲੱਗਦਾ ਪਿਆ। ਜਿਨ੍ਹਾਂ ਦੇ 5.5 ਬੈਂਡ ਨੇ, ਉਹ ਲੋਕ ਆਸਟ੍ਰੇਲੀਆ ਜਾ ਸਕਦੇ ਨੇ। ਆਓ ਅੱਜ ਇਸੇ ਬਾਬਤ ਗੱਲ ਕਰਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਕੀ ਫਿਊਚਰ ਹੈ, ਕਿੱਦਾਂ ਉੱਥੇ ਫਾਈਲ ਲੱਗਦੀ ਹੈ, ਕੀ ਉਹਦਾ ਰੁਝਾਨ ਹੈ, ਕਿੱਦਾਂ ਕੰਮ ਸਾਰਾ ਚੱਲਦਾ। ਪਿਛਲੇ 20 ਵਰ੍ਹਿਆਂ ਤੋਂ ਲੋਕ ਆਸਟ੍ਰੇਲੀਆ ਪੜ੍ਹਨ ਜਾਂਦੇ ਨੇ ਪੰਜਾਬ 'ਚੋਂ, ਪੰਜਾਬੀ ਸੂਬਿਆਂ 'ਚੋਂ। ਜਦੋਂ ਬੱਚਾ ਪੜ੍ਹਨ ਜਾਂਦਾ, ਪੜ੍ਹਾਈ ਦੇ ਵੀਜ਼ੇ ਨੂੰ ਇੱਕ ਨਾਂ ਦਿੱਤਾ ਗਿਆ ਹੁੰਦਾ। ਇਹਨੂੰ 572 ਵੀ ਕਿਹਾ ਜਾਂਦਾ ਸੀ, ਇਹਨੂੰ 573 ਵੀ ਕਿਹਾ ਜਾਂਦਾ ਸੀ। 572 'ਚ ਜਿਹੜੀ ਫਾਈਲ ਲੱਗਦੀ ਸੀ ਉਹ ਡਿਪਲੋਮੇ ਦੀ ਲੱਗਦੀ ਸੀ, 573 'ਚ ਜਿਹੜੀ ਲੱਗਦੀ ਸੀ ਉਹ ਡਿਗਰੀ ਦੀ ਲੱਗਦੀ ਸੀ। ਅੱਜ ਜਿਹੜੀਆਂ ਫਾਈਲਾਂ ਲੱਗਦੀਆਂ ਉਹ 500 ਨੰਬਰ 'ਚ ਲੱਗਦੀਆਂ। ਅੱਜ ਸਟੂਡੈਂਟ ਦਾ ਜਿਹੜਾ ਵੀਜ਼ਾ ਲੱਗਦਾ ਵਾ, ਉਹ ਸਟੱਡੀ ਵੀਜ਼ਾ ਲੱਗਦਾ ਵਾ, ਉਹਦੇ ਵਿੱਚ ਬਹੁਤ ਸਾਰੀਆਂ ਕੰਡੀਸ਼ਨਾਂ ਹੁੰਦੀਆਂ। ਅੱਜ ਆਸਟ੍ਰੇਲੀਆ ਦੇ ਵਿੱਚ ਜਾਣ ਵਾਸਤੇ 2 ਰਸਤੇ ਆ। ਤੁਸੀਂ ਵੋਕੇਸ਼ਨਲ ਐਜੂਕੇਸ਼ਨ ਲਈ ਜਾ ਸਕਦੇ ਜੇ, ਜਿਹਨੂੰ ਵੈਟ ਸੈਕਟਰ ਕਿਹਾ ਜਾਂਦਾ। ਤੁਸੀਂ ਹਾਇਰ ਐਜੂਕੇਸ਼ਨ ਲਈ ਜਾ ਸਕਦੇ ਜੇ, ਜਿਹਨੂੰ ਡਿਗਰੀਆਂ ਕਿਹਾ ਜਾਂਦਾ। ਜਦੋਂ ਤੁਸੀਂ ਡਿਪਲੋਮੇ 'ਚ ਦਾਖਲਾ ਲੈਂਦੇ ਹੋ, ਤੁਹਾਡਾ ਦਾਖਲਾ ਇੱਕ ਕਾਲਜ 'ਚ ਹੁੰਦਾ ਔਰ ਵੋਕੇਸ਼ਨਲ ਐਜੂਕੇਸ਼ਨ ਦੇ ਅੰਡਰ ਹੁੰਦਾ। ਜਦੋਂ ਡਿਗਰੀ 'ਚ ਦਾਖਲਾ ਲੈਂਦੇ ਜੇ, ਤੁਹਾਡਾ ਦਾਖਲਾ ਇੱਕ ਯੂਨੀਵਰਸਿਟੀ ਦੇ ਵਿੱਚ ਹੁੰਦਾ ਜੋ ਕਿ ਹਾਇਰ ਐਜੂਕੇਸ਼ਨ ਦੇ ਅੰਡਰ ਆਉਂਦੀ ਹੈ। ਇਹ 2 ਵੱਖਰੀਆਂ ਵੱਖਰੀਆਂ ਬੋਡੀਆਂ ਕੈਨੇਡਾ ਅਤੇ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਪੈਰਲਲੀ ਚੱਲਦੀਆਂ। ਡਿਪਲੋਮੇ ਦੇ ਵਿੱਚ ਪੜ੍ਹਨ ਵਾਲੇ ਬੱਚੇ ਨੂੰ ਵਰਕ ਪਰਮਿਟ ਨਹੀਂ ਮਿਲਦਾ ਪੜ੍ਹਾਈ ਤੋਂ ਬਾਅਦ, ਡਿਗਰੀ ਕਰਨ ਤੋਂ ਬਾਅਦ ਬੱਚੇ ਨੂੰ 2 ਸਾਲ ਦਾ ਵਰਕ ਪਰਮਿਟ ਮਿਲਦਾ। ਇਹ 2 ਫਰਕ ਨੇ ਡਿਪਲੋਮੇ ਔਰ ਡਿਗਰੀ ਦੇ ਵਿੱਚ, ਜਿਹਦੇ ਕਰਕੇ ਲੋਕ ਅੱਜ ਆਸਟ੍ਰੇਲੀਆ ਜਾਂਦੇ ਨੇ। ਜਿਸ ਵੀ ਇਨਸਾਨ ਨੇ ਵਿਦੇਸ਼ ਦੇ ਵਿੱਚ ਜਾਣਾ, ਉਹਦਾ ਪਹਿਲਾਂ ਮੋਟੇ ਪੈਸੇ ਕਮਾਉਣਾ ਹੁੰਦਾ, ਦੂਜਾ ਮੋਟੇ ਪੱਕੇ ਹੋਣਾ ਹੁੰਦਾ। ਪੱਕੇ ਹੋਣਾ ਥੋੜ੍ਹਾ ਜਿਹਾ ਔਖਾ ਆਸਟ੍ਰੇਲੀਆ ਦੇ ਵਿੱਚ, ਪੈਸੇ ਕਮਾਉਣੇ ਬਹੁਤ ਸੌਖੇ ਆ। ਇੱਕ ਸਧਾਰਨ ਮੱਧ ਵਰਗੀ ਪਰਿਵਾਰ ਦਾ ਬੱਚਾ ਅੱਜ ਆਸਟ੍ਰੇਲੀਆ ਪਹੁੰਚ ਜਾਂਦਾ ਅਤੇ 2 ਤੋਂ 2.5 ਲੱਖ ਰੁਪਈਆ ਕਮਾ ਲੈਂਦਾ। 2-2.5 ਲੱਖ ਰੁਪਈਆ ਮਹੀਨਾ ਜਿਹੜਾ ਇਨਸਾਨ ਕਮਾ ਲੈਂਦਾ, ਉਹ ਇੱਥੇ 10 ਬੰਦਿਆਂ ਦਾ ਖਰਚਾ ਚੁੱਕ ਲੈਂਦਾ ਇੰਡੀਆ ਦੇ। ਜਿਸ ਪਰਿਵਾਰ 'ਚੋਂ ਇੱਕ ਬੱਚਾ ਆਸਟ੍ਰੇਲੀਆ ਚਲੇ ਜਾਂਦਾ, ਉਹ ਪਰਿਵਾਰ ਨੂੰ ਦੁਬਾਰਾ ਜ਼ਿੰਦਗੀ 'ਚ ਆਰਥਿਕ ਪ੍ਰੋਬਲਮ ਨਹੀਂ ਆਉਂਦੀ ਕਦੀ ਵੀ। ਆਸਟ੍ਰੇਲੀਆ ਨੇ ਅੱਜ ਲੋਕਾਂ ਨੂੰ ਬਣਾਇਆ ਵਾ। ਆਸਟ੍ਰੇਲੀਆ ਦੇ ਵਿੱਚ ਜਿਹੜਾ ਵੀ ਮਾਂ ਬਾਪ ਆਪਣਾ ਬੱਚਾ ਭੇਜਦਾ, ਉਹਨੂੰ ਪਤਾ ਵੀ ਸਾਨੂੰ ਆਉਣ ਵਾਲੇ ਟਾਈਮ 'ਚ ਪੈਸੇ ਵੱਲੋਂ ਕੋਈ ਤੰਗੀ ਨਹੀਂ ਆਏਗੀ। ਕਿਉਂ? ਕਿਉਂਕਿ ਆਸਟ੍ਰੇਲੀਆ ਦੀ ਇਕੋਨਮੀ ਸਟਰੋਂਗ ਆ, ਉੱਥੇ ਬੱਚਿਆਂ ਨੂੰ ਪਾਰਟ ਟਾਈਮ ਜੋਬਸ ਆਰਾਮ ਨਾਲ ਮਿਲ ਜਾਂਦੀਆਂ। ਕੰਮ ਕਰਨ ਵਾਲੇ ਬੰਦੇ ਵਾਸਤੇ ਅੱਜ ਆਸਟ੍ਰੇਲੀਆ ਪਹਿਲੇ ਨੰਬਰ 'ਤੇ ਹੈ, ਜਿਹੜਾ ਮਿਹਨਤ ਮਜ਼ਦੂਰੀ ਕਰਨਾ ਚਾਹੁੰਦਾ। ਵੀਜ਼ਿਆਂ ਦੀ ਗੱਲ ਕਰਦੇ ਹਾਂ। ਪੂਰੇ ਆਸਟ੍ਰੇਲੀਆ 'ਚ ਤੁਸੀਂ ਮੈਲਬਰਨ ਜਾਣਾ ਚਾਹੁੰਦੇ ਹੋ, ਸਿਡਨੀ ਜਾਣਾ ਚਾਹੁੰਦੇ ਹੋ, ਤੁਸੀਂ ਐਡੀਲੈਡ, ਪਰਥ, ਬ੍ਰਿਸਬਨ, ਡਾਰਵਿਨ, ਤਸਮਾਨੀਆ ਕਿਤੇ ਵੀ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਦੇ ਵਿੱਚ ਡਿਪਲੋਮੇ 'ਚ ਦਾਖਲੇ ਲਈ 5.5 ਬੈਂਡ ਚਾਹੀਦੇ ਆ। 5.5 ਬੈਂਡ ਤੁਹਾਡੇ ਓਵਰਆਲ ਹੋਣੇ ਚਾਹੀਦੇ ਆ, 5 ਬੈਂਡ ਤੁਹਾਡੇ ਈਚ ਹੋਣੇ ਚਾਹੀਦੇ ਆ। ਅੱਜ ਸਾਨੂੰ ਪੰਜਾਬੀ ਸੂਬਿਆਂ ਦੇ ਵਿੱਚ, ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਅੰਗਰੇਜ਼ੀ ਦੀ ਆਉਂਦੀ ਹੈ। ਇੱਕ ਪੰਜਾਬੀ ਬੱਚਾ ਮੈਥ 'ਚ ਚੰਗੇ ਨੰਬਰ ਲੈ ਲਏਗਾ, ਸਾਇੰਸ ਵੀ ਪੜ੍ਹ ਲਏਗਾ, ਬਟ ਅੰਗਰੇਜ਼ੀ ਦੇ ਨਾਲ ਉਹਦਾ ਰਾਬਤਾ ਬਹੁਤਾ ਵਧੀਆ ਨਹੀਂ ਹੁੰਦਾ। ਅੱਜ ਸਾਡੇ ਲਈ, ਪੰਜਾਬੀ ਬੰਦਿਆਂ ਲਈ ਸਭ ਤੋਂ ਜ਼ਿਆਦਾ ਔਖਾ ਕੰਮ ਅੰਗਰੇਜ਼ੀ ਬੋਲਣੀ ਔਰ ਅੰਗਰੇਜ਼ੀ ਲਿਖਣੀ ਹੈ, ਕਿਉਂਕਿ ਇਹ ਮਾਤਰ ਭਾਸ਼ਾ ਨਹੀਂ ਹੈਗੀ ਸਾਡੀ। ਮਾਤਰ ਭਾਸ਼ਾ ਸਾਡੀ ਪੰਜਾਬੀ ਹੈ, ਜਿਹਦੇ ਕਰਕੇ ਅਕਸਰ ਅੰਗਰੇਜ਼ੀ ਨਾਲ ਸਾਡਾ ਵਿਤਕਰਾ ਹੀ ਚੱਲਦਾ ਰਿਹਾ। 6 ਬੈਂਡ ਈਚ ਆ ਗਏ ਤਾਂ ਕੈਨੇਡਾ, ਜੇ 6 ਬੈਂਡ ਈਚ ਨਹੀਂ ਆਏ ਤਾਂ ਫਿਰ ਕਿੱਥੇ? ਕੀ ਸਿੰਗਾਪੁਰ, ਸਾਈਪਰਸ ਜਾਂ ਯੂਕੇ? ਇਹ ਸਟੂਡੈਂਟ ਸੋਚਦਾ ਕਿ ਜੇ ਮੇਰੇ 6 ਸੀਟ ਨਹੀਂ ਆਏ ਤਾਂ ਮੈਂ ਤਾਂ ਕਦੇ ਕਿਤੇ ਜਾ ਹੀ ਨਹੀਂ ਪਾਊਂਗਾ। ਆਸਟ੍ਰੇਲੀਆ ਨੂੰ ਲੈ ਕੇ ਬਹੁਤ ਸਾਰੇ ਵਹਿਮ ਹੈ ਲੋਕਾਂ ਨੂੰ। ਆਸਟ੍ਰੇਲੀਆ ਕੀ ਚੱਲਦਾ ਸੀਗਾ, ਕਿੱਦਾਂ ਆਸਟ੍ਰੇਲੀਆ 'ਚ ਕੰਮ ਚੱਲਦਾ ਸੀ, ਆ ਜਾਓ ਇਸ ਬਾਬਤ ਵੀ ਗੱਲ ਕਰ ਲੈਂਦੇ ਹਾਂ। ਆਸਟ੍ਰੇਲੀਆ ਨੇ ਹਰ ਇੱਕ ਮੁਲਕ ਨੂੰ ਇੱਕ ਅਸੈਸਮੈਂਟ ਲੈਵਲ ਦਿੱਤਾ ਹੁੰਦਾ। ਭਾਰਤ ਨੂੰ ਰੀਸੈਂਟਲੀ ਲੈਵਲ 3 ਦੇ ਵਿੱਚ ਕਰ ਦਿੱਤਾ ਗਿਆ 2 ਤੋਂ। ਲੋਕਾਂ ਨੂੰ ਲੱਗਾ ਇਹਦਾ ਬਹੁਤ ਨੁਕਸਾਨ ਹੋਏਗਾ, ਬਟ ਇਹਦਾ ਬਹੁਤ ਫਾਇਦਾ ਹੋਏਗਾ। ਲੈਵਲ 2 ਦੇ ਵਿੱਚ ਜਦੋਂ ਕੋਈ ਕੰਟਰੀ ਹੁੰਦੀ ਹੈ, ਉੱਥੋਂ ਆਇਲਸ ਦੀ ਡਿਮਾਂਡ ਨਹੀਂ ਕੀਤੀ ਜਾਂਦੀ, ਬਗੈਰ ਆਇਲਸ ਦੇ ਕੇਸ ਲੱਗ ਜਾਂਦੇ ਆ।
ਲੈਵਲ 2 ਵਾਲੀ ਕੰਟਰੀ ਨੂੰ ਕੋਈ ਫੰਡ ਨਹੀਂ ਸ਼ੋਅ ਕਰਨੇ ਪੈਂਦੇ ਜਿਹਦਾ ਫਾਇਦਾ ਰੱਜ ਕੇ ਲੋਕ ਉਠਾਉਂਦੇ ਆ। ਅੱਜ ਜਿੰਨੀਆਂ ਕੁ ਵੀ ਜਿੰਨੀ ਕੁ ਦੁਨੀਆ ਸਟੱਡੀ ਵੀਜ਼ਾ 'ਤੇ ਜਾ ਰਹੀ ਹੈ ਬਾਹਰ, ਸਭ ਤੋਂ ਜ਼ਿਆਦਾ ਜੇ ਜਾਅਲੀ ਕਾਗਜ਼ ਲੱਗਦੇ ਆ ਤਾਂ ਆਸਟ੍ਰੇਲੀਆ ਅੰਬੈਸੀ ਨੂੰ ਲੱਗਦੇ ਆ, ਕਿਉਂਕਿ ਉੱਥੇ ਸਿਸਟਮ ਦੇ ਵਿੱਚ ਸਾਰਾ ਕੁਛ ਚੱਲਦਾ। ਅੰਬੈਸੀ ਨੂੰ ਫਾਈਲ ਨਹੀਂ ਜਾਂਦੀ, ਕੰਪਿਊਟਰ 'ਤੇ ਫਾਈਲ ਲੌਜ ਹੁੰਦੀ ਹੈ, ਔਨਲਾਈਨ ਲੌਜ ਕੀਤੀ ਜਾਂਦੀ ਹੈ, ਫੰਡ ਕਦੀ ਕਿਸੇ ਦੇ ਦਿਖਾ ਦਿੱਤੇ ਜਾਂਦੇ ਆ, ਯੂਨੀਵਰਸਿਟੀ ਨੂੰ ਫੰਡ ਦਿਖਾਉਣੇ ਹੁੰਦੇ, ਕਾਲਜ ਨੂੰ ਦਿਖਾਉਣੇ ਹੁੰਦੇ, ਅੰਬੈਸੀ ਨੂੰ ਨਹੀਂ ਦਿਖਾਉਣੇ ਹੁੰਦੇ, ਜਿਹਦੇ ਕਰਕੇ ਕਈ ਤਰ੍ਹਾਂ ਦਾ ਗਲਤ ਤਰੀਕੇ ਨਾਲ ਲੋਕਾਂ ਨੇ ਬੱਚਿਆਂ ਨੇ ਵੀਜ਼ੇ ਲਏ, ਬਹੁਤ ਸਾਰੇ ਦੁਨੀਆ ਚਲੇ ਗਈ। ਅੱਜ ਆਸਟ੍ਰੇਲੀਆ ਨੂੰ ਇਸ ਚੀਜ਼ ਦੇ ਕਲੀਅਰ ਕਰਦੇ ਹੋਏ ਉੱਥੇ ਦੀ ਸਰਕਾਰ ਨੇ ਭਾਰਤ ਨੂੰ ਲੈਵਲ 3 'ਚ ਪਾ ਦਿੱਤਾ। ਲੈਵਲ 3 ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਵੀਜ਼ਾ ਮਨ੍ਹਾ ਕੀਤਾ ਗਿਆ, ਤੁਹਾਡੇ ਲਈ ਫੰਡ ਦੀ ਰਿਕੁਆਇਰਮੈਂਟ ਲਾਜ਼ਮੀ ਕਰ ਦਿੱਤੀ ਗਈ ਕਿ ਜਿਸ ਵੀ ਬੱਚੇ ਨੇ ਅੱਜ ਆਸਟ੍ਰੇਲੀਆ ਜਾਣਾ ਉਹਦੇ ਕੋਲੋਂ 16 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਦੇ ਫੰਡ ਹੋਣੇ ਚਾਹੀਦੇ ਆ। ਜਦੋਂ ਤੱਕ ਪੈਸੇ ਤੁਹਾਡੇ ਮਾਂ ਬਾਪ ਦੇ ਆਪਣੇ ਖਾਤੇ ਦੇ ਵਿੱਚ ਨਹੀਂ ਹੋਊਗੇ ਤੁਹਾਨੂੰ ਵੀਜ਼ਾ ਨਹੀਂ ਮਿਲਣਾ। ਦੂਸਰੀ ਸ਼ਰਤ, ਤੁਹਾਡੇ ਮਾਂ ਬਾਪ ਦੀ ਆਮਦਨ 10 ਤੋਂ 12 ਲੱਖ ਰੁਪਏ ਹੋਣੀ ਚਾਹੀਦੀ। ਇਹ 2 ਸ਼ਰਤਾਂ ਤੁਸੀਂ ਪੂਰੀਆਂ ਕਰ ਦਿਓ, ਅਸੀਂ ਤੁਹਾਡਾ ਕੇਸ ਲੈਣ ਨੂੰ ਤਿਆਰ ਹਾਂ। 5.5 ਬੈਠ ਨੇ ਤੁਹਾਡੇ ਆਇਲਸ ਦੇ ਵਿੱਚ, ਇਸ ਚੀਜ਼ ਨਾਲ ਕੰਪਰੋਮਾਈਜ਼ ਕੀਤਾ ਜਾ ਸਕਦਾ, ਨੰਬਰਾਂ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ। ਤੁਹਾਡੇ ਪੜ੍ਹਾਈ 'ਚ 60% ਨੰਬਰ ਹੋਣੇ ਚਾਹੀਦੇ ਆ, ਤੁਹਾਡੇ ਆਇਲਸ ਦੇ ਵਿੱਚ 5.5 ਬੈਠ ਨੇ, ਔਰ ਤੁਸੀਂ ਮੈਲਬਰਨ, ਸਿਡਨੀ, ਪਰਥ ਕਿਤੇ ਵੀ ਜਾਣਾ ਚਾਹੁੰਦੇ ਹੋ, ਯੈਸ ਯੂ ਕੈਨ ਗੋ। 15 ਦਿਨ, 20 ਦਿਨ, ਬੜੀ ਹੱਦ ਮਹੀਨੇ ਦੇ ਵਿੱਚ ਵੀ ਜਾ ਸਕਦੇ ਹੋ। ਇਨਟੇਕ ਇੱਥੇ ਐਂ ਨਹੀਂ ਹੁੰਦਾ ਕੈਨੇਡਾ ਵਾਂਗੂ ਕਿ ਜਨਵਰੀ ਤੋਂ ਬਾਅਦ ਮਈ ਆਊਗਾ ਅਤੇ ਮਈ ਤੋਂ ਬਾਅਦ ਸਤੰਬਰ ਆਊਗਾ। ਅੱਜ ਆਸਟ੍ਰੇਲੀਆ ਜਾਣ ਵਾਲੇ ਬੱਚੇ ਨੂੰ ਜਨਵਰੀ ਤੋਂ ਬਾਅਦ ਫਰਵਰੀ ਆਉਂਦਾ, ਫਰਵਰੀ ਤੋਂ ਬਾਅਦ ਮਾਰਚ ਆਉਂਦਾ, ਮਾਰਚ ਤੋਂ ਬਾਅਦ ਅਪ੍ਰੈਲ ਆਉਂਦੀ ਹੈ। ਹਰ ਮਹੀਨੇ ਇਨਟੇਕ ਹੁੰਦਾ, ਮਲਟੀਪਲ ਇਨਟੇਕਸ ਹੁੰਦੇ ਆ। ਤੁਹਾਡੇ ਆਇਲਸ ਦੇ ਵਿੱਚ ਬੈਂਡ ਨਹੀਂ ਆਏ, ਬਟ ਤੁਹਾਡਾ ਬੱਚਾ ਕਾਮਯਾਬ ਹੈ, ਬੱਚੇ ਦੇ ਨੰਬਰ ਵਧੀਆ ਨੇ, ਪੜ੍ਹਾਈ 'ਚ ਠੀਕ ਹੈ ਨਾ ਬੱਚਾ। ਜੇ ਤੁਹਾਡੇ ਬੱਚੇ ਨੇ 2019 ਦੇ ਵਿੱਚ +2 ਕੀਤੀ ਹੈ, ਯੈਸ ਯੂਅਰ ਕੇਸ ਇਜ 100% ਐਲੀਜੀਬਲ। ਤੁਸੀਂ ਇੱਕ ਜੈਨੂਅਨ ਐਪਲੀਕੈਂਟ ਹੋ ਜੇਕਰ ਤੁਹਾਡੀ ਪੜ੍ਹਾਈ ਦੇ ਵਿੱਚ ਗੈਪ ਨਹੀਂ ਹੈ, ਤੁਹਾਡੇ ਬੱਚੇ ਦੇ ਨੰਬਰ ਵਧੀਆ ਨੇ, ਤੁਸੀਂ 2019 'ਚ +2 ਕੀਤੀ ਹੈ, ਜੀ ਮੇਰੇ ਕੋਲ ਭਾਵੇਂ ਨਾ ਵੀ ਆਓ, ਕਿਸੇ ਵੀ ਏਜੰਟ ਕੋਲ ਚਲ ਜਾਓ, ਕਿਸੇ ਵੀ ਕਾਲਜ ਨੂੰ ਐਪਲੀਕੇਸ਼ਨ ਪਾ ਦਿਓ, ਤੁਹਾਡਾ ਵੀਜ਼ਾ ਲੱਗ ਜਾਣਾ। ਹਾਂ, ਤੁਹਾਡੀ ਪੜ੍ਹਾਈ 'ਚ ਗੈਪ ਪੈ ਗਿਆ 1 ਸਾਲ ਦਾ 2 ਸਾਲ ਦਾ, ਨਾ ਅਪਲਾਈ ਕਰਿਓ, ਆਪਣਾ ਪੈਸੇ ਔਰ ਸਮਾਂ ਖਰਾਬ ਕਰੋਗੇ। ਅੱਜ ਆਸਟ੍ਰੇਲੀਆ ਦੀ ਅੰਬੈਸੀ ਫੀਸ 35 ਤੋਂ 40 ਹਜ਼ਾਰ ਰੁਪਈਆ, ਅਤੇ 35-40 ਹਜ਼ਾਰ ਰੁਪਇਆ ਤਾਂ ਇਹੀ ਖਰਾਬ ਹੋ ਜਾਣਾ। ਜਿਸ ਵੀ ਕਾਲਜ ਨੂੰ, ਯੂਨੀਵਰਸਿਟੀ ਨੂੰ ਫੀਸ ਭੇਜੋਗੇ, ਕੱਟ ਕੇ ਵਾਪਸ ਆਉਣੀ ਹੈ, ਇੰਸ਼ੋਰੈਂਸ ਕੰਪਨੀ ਨੇ ਵੀ ਜਿਹੜੇ ਪੈਸੇ ਲੈਣੇ ਉਹਨੂੰ ਕੱਟ ਕੇ ਮੋੜਦੇ। ਤੁਹਾਡਾ ਬੱਚਾ 2019 ਦੇ ਵਿੱਚ +2 ਪਾਸ ਹੈ, ਤੁਹਾਡੇ ਬੱਚੇ ਨੇ ਕੋਈ ਬੈਚਲਰ ਡਿਗਰੀ, ਮਾਸਟਰ ਡਿਗਰੀ ਕੀਤੀ ਹੈ ਜਿਹੜੀ 2019 'ਚ ਹੋਈ ਸੀ, ਜ਼ਰੂਰ ਆਇਓ ਸਾਡੇ ਕੋਲ, ਅਸੀਂ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਲਵਾ ਕੇ ਦਿਆਂਗੇ, ਪੈਸੇ ਲਵਾਂਗੇ ਸਾਰੇ ਉਦੋਂ ਜਦੋਂ ਵੀਜ਼ਾ ਲੱਗੇਗਾ। ਤੁਹਾਡੇ ਕੋਲ ਫੰਡ ਨਹੀਂ ਹੈਗੇ ਸ਼ੋਅ ਕਰਨ ਲਈ, ਨਾ ਆਇਓ ਪਲੀਜ਼ ਸਾਡੇ ਕੋਲ, ਅਸੀਂ ਨਹੀਂ ਕੋਈ ਫੰਡਾਂ ਦਾ ਕੰਮ ਕਰਦੇ। ਤੁਸੀਂ ਆਪਣੇ ਜੈਨੂਅਨ ਫੰਡ ਸ਼ੋਅ ਕਰਨਾ ਦੀ ਹਿੰਮਤ ਰੱਖਦੇ ਹੋ, ਯੈਸ ਵੀ ਵਿਲ ਟਰਾਈ ਟੂ ਮੇਕ ਯੂਰ ਡ੍ਰੀਮ ਸਕਸੈਸ। ਆਮਦਨ ਦਾ ਪਰੂਫ, ਮੋਦੀ ਜੀ ਦੀ ਬੜੀ ਮਿਹਰਬਾਨੀ ਹੈ, ਅੱਜ ਸਾਡੇ ਮੁਲਕ ਦੇ ਵਿੱਚ 3.5-4 ਲੱਖ ਰੁਪਏ ਤੱਕ ਦੀ ਰਿਟਰਨ 'ਤੇ ਬਹੁਤ ਘੱਟ ਟੈਕਸ ਹੁੰਦਾ। ਜਿਹਨਾਂ ਕੋਲ ਰਿਟਰਨਾਂ ਨਹੀਂ ਹੈਗੀਆਂ, ਨਵੀਆਂ ਰਿਟਰਨਾਂ ਭਰ ਲਓ, ਜੋ ਵੀ ਕਾਰੋਬਾਰ ਕਰਦੇ ਹੋ ਸਹੀ ਕਾਗਜ਼ ਲਾਇਓ, ਡੁਪਲੀਕੇਟ ਕਾਗਜ਼ ਨਾ ਲਾਇਓ, FDOD ਵਾਲੇ ਚੱਕਰ 'ਚ ਨਾ ਪਿਓ, ਫੰਡ ਮੈਨੇਜਮੈਂਟ ਵਾਲੇ ਫਾਈਨਾਂਸਰਾਂ ਕੋਲ ਨਾ ਫਸਿਓ, ਆਪਦੇ ਰੀਜਨਲ ਫੰਡ ਸ਼ੋਅ ਕਰਿਓ, ਵੀਜ਼ਾ ਲੱਗ ਜਾਓ। ਖੁੱਲ੍ਹੀ ਕਾਲਜ ਸੱਦਾ ਸਾਰਿਆਂ ਵੀਰਾਂ ਭੈਣਾਂ ਭਰਾਵਾਂ ਨੂੰ ਜਿਨ੍ਹਾਂ ਦੇ 5.5 ਬੈਂਡ ਨੇ, ਆਓ ਆ ਕੇ ਆਪਣਾ ਸੁਪਨਾ ਸਾਕਾਰ ਕਰੋ। ਭੇਜਾਂਗੇ ਸਿਡਨੀ, ਮੈਲਬਰਨ, ਪਰਥ, ਜਿੱਥੇ ਵੀ ਤੁਸੀਂ ਜਾਣਾ। ਕਿਸ ਚੀਜ਼ ਦੀ ਲੋੜ ਹੈ? ਲੋੜ ਹੈਗੀ ਹੈ ਸਿਰਫ ਹੌਂਸਲਾ ਰੱਖਣ ਦੀ। ਹੌਂਸਲਾ ਹੈਗਾ ਤੁਹਾਡੇ ਅੰਦਰ, ਮੇਰੇ ਕੋਲ ਆਓ, ਮੈਂ ਵੀਜ਼ੇ ਲਵਾ ਕੇ ਦਊਂਗਾ। ਫੰਡ ਹੋਣੇ ਚਾਹੀਦੇ ਜੇ, ਹੱਥ ਖੜ੍ਹੇ ਕਰਕੇ ਨਾ ਆਇਓ ਕਿ ਫੰਡ ਨਹੀਂ ਹੈਗੇ, ਕੁਝ ਨਹੀਂ ਹੋਣਾ। ਅੱਜ ਫਾਈਲ ਦੀ ਰਿਕੁਆਇਰਮੈਂਟ, ਜੇ ਜਦੋਂ ਫਾਈਲ ਸਿਸਟਮ ਦੇ ਵਿੱਚ ਅਪਲੋਡ ਕਰਨੀ ਹੈ ਨਾ, ਉੱਥੇ ਫੰਡ ਦੀ ਡਿਟੇਲ ਦੇਣੀ ਪੈਣੀ ਹੈ, ਉਹ ਜੇਕਰ ਫੰਡ ਨਹੀਂ ਹੈਗੇ ਨਾ ਤਾਂ ਵੀਜ਼ਾ ਨਹੀਂ ਜੇ ਲੱਗਣਾ। ਆਸਟ੍ਰੇਲੀਆ ਪਹਿਲਾਂ ਵੀ ਭੇਜਦੇ ਰਹੇ ਹਾਂ ਬੱਚਿਆਂ ਨੂੰ, ਅੱਜ ਵੀ ਭੇਜਾਂਗੇ, ਕੱਲ੍ਹ ਵੀ ਭੇਜਾਂਗੇ, ਉਹਨੂੰ ਬੱਚੇ ਨੂੰ ਭੇਜਾਂਗੇ ਜਿਹੜਾ ਜੈਨੂਅਨ ਬੱਚਾ। ਤੁਹਾਡੇ ਬੱਚੇ ਨੇ 2018 'ਚ +2 ਕੀਤੀ, ਨਾ ਆਇਓ ਸਾਡੇ ਕੋਲ, ਅਸੀਂ ਨਹੀਂ ਕੇਸ ਪੜ੍ਹਨਾ ਤੁਹਾਡਾ, ਸਾਡੇ ਕੋਲ ਵੀਜ਼ਾ ਨਹੀਂ ਲਵਾ ਆਉਣਾ। ਹਾਂ, ਤੁਹਾਡੇ ਬੱਚੇ ਨੇ 2019 'ਚ +2 ਕੀਤੀ ਹੈ, ਯੂ ਆਲ ਆਰ ਐਲੀਜੀਬਲ, ਯੂ ਆਲ ਆਰ ਮੋਸਟ ਵੈਲਕਮ, ਆਓ, ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ, ਪੈਸੇ ਲਵਾਂਗੇ ਉਦੋਂ ਜਦੋਂ ਵੀਜ਼ਾ ਲੱਗੇਗਾ। 5.5 ਬੈਂਡ, ਕਾਹਦੇ 'ਚ ਦਾਖਲਾ ਹੋਏਗਾ, 2 ਸਾਲ ਦਾ ਡਿਪਲੋਮਾ ਹੋਏਗਾ, 3 ਸਾਲ ਦਾ ਡਿਪਲੋਮਾ ਹੋ ਸਕਦਾ,
ਡਿਪਲੋਮਾ ਕਾਹਦਾ ਹੋਏਗਾ, ਬਿਜ਼ਨਸ ਦਾ ਹੋਏਗਾ, ਆਈਟੀ ਦਾ ਹੋਏਗਾ, ਇਲੈਕਟ੍ਰੀਸ਼ਨ ਦਾ ਹੋਏਗਾ, ਕਾਰਪੈਂਟਰ ਦਾ ਹੋਏਗਾ, ਪਲੰਬਰ ਦਾ ਹੋਏਗਾ, ਡੈਂਟਲ ਦਾ ਕਰ ਸਕਦੇ ਹੋ, ਮੈਡੀਕਲ ਦਾ ਕਰ ਸਕਦੇ ਹੋ, ਲੈਬੋਰਟਰੀ ਦਾ ਕਰ ਸਕਦੇ ਹੋ, ਬਹੁਤ ਸਾਰੇ ਇੱਦਾਂ ਦੇ ਕੋਰਸ ਹੈ। ਹਾਂ ਤੁਸੀਂ ਨਰਸਿੰਗ ਕਰਨੀ, ਉਹਦੇ ਲਈ 6.5 ਬੈਂਡ ਚਾਹੀਦੀ ਹੈ। ਤੁਸੀਂ ਬੀ ਐਡ ਕੀਤੀ ਹੈ ਅਰਲੀ ਚਾਈਲਡਹੁੱਡ ਕਰਨਾ, ਜੀ ਹਾਂ, ਉਹਦੇ ਲਈ 6 ਬੈਂਡ ਚਾਹੀਦੇ ਹੈ। ਤੁਸੀਂ ਕਿਸੇ ਤਰ੍ਹਾਂ ਦੀ ਗ੍ਰੈਜੂਏਸ਼ਨ ਕੀਤੀ ਹੈ, ਤੁਸੀਂ ਮਾਸਟਰਸ ਲਈ ਜਾਣਾ ਚਾਹੁੰਦੇ ਹੋ, ਜੀ ਹਾਂ, 6.5 ਬੈਂਡ ਚਾਹੀਦੇ ਹੈ। ਇੱਕ ਆਲ ਉਹਨਾਂ ਲੋਕਾਂ ਲਈ ਜਿਹਨਾਂ ਦੇ ਬੈਂਡ ਨਹੀਂ ਆਉਂਦੇ ਪਏ, 5.5 ਬੈਂਡ, 5.5 ਬੈਂਡ ਅਤੇ 5.5 ਬੈਂਡ। ਧੰਨਵਾਦ ਸਾਰੇ ਦੋਸਤਾਂ ਦਾ। ਕੋਈ ਵੀਰ ਭੈਣ ਭਰਾ ਤੁਹਾਡੇ ਆਂਢ ਗੁਆਂਢ ਹੈਗਾ ਜਿਹਦੇ ਬੈਂਡ ਨਹੀਂ ਆ ਰਹੇ, ਉਹਦੇ ਤੱਕ ਜ਼ਰੂਰ ਮੇਰਾ ਸੁਨੇਹਾ ਪਹੁੰਚਾਇਓ, ਆਇਓ ਸਾਡੇ ਕੋਲ, ਪੈਸੇ ਆਪਣੇ ਘਰ ਰੱਖ ਕੇ ਆਇਓ, ਪੈਸੇ ਲਵਾਂਗੇ ਉਦੋਂ ਜਦੋਂ ਵੀਜ਼ਾ ਲੱਗੇ। ਵੀਡੀਓ ਚੰਗੀ ਲੱਗੀ ਜ਼ਰੂਰ ਕਮੈਂਟ ਲਿਖਿਓ, ਜੋ ਵੀ ਲਿਖੋਗੇ ਆਪ ਪੜ੍ਹਾਂਗਾ ਮੈਂ, ਪੜ੍ਹ ਕੇ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਸੋਮਵਾਰ ਦਾ ਦਿਨ ਮੈਂ ਜਲੰਧਰ ਹੁੰਦਾ, ਤੁਸੀਂ ਜਲੰਧਰ ਮਿਲ ਸਕਦੇ ਜੀ। ਬਾਕੀ ਦਿਨ ਤੁਸੀਂ ਇਸ ਵੀਡੀਓ ਦੇ ਨਾਲ, ਤੁਹਾਨੂੰ ਇੱਕ ਨੰਬਰ ਦੇ ਰਹੇ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਅਪੁਆਇੰਟਮੈਂਟ ਬਣਾ ਲਿਓ। ਸਪਾਊਸ ਕੇਸ 'ਤੇ ਵੀ ਬਹੁਤ ਕੁਐਰੀ ਆਉਂਦੀ ਹੈ ਆਸਟ੍ਰੇਲੀਆ 'ਚ, ਜੇ ਵਿਆਹ ਜੈਨੂਅਨ ਹੈ, ਪੜ੍ਹਾਈ 'ਚ ਗੈਪ ਨਹੀਂ ਹੈਗਾ, ਕਰ ਸਕਦੇ ਹਾਂ ਟਰਾਈ। ਬਟ 2019 ਜਿਹੜੀ ਪਲੱਸ ਟੂ ਹੁੰਦੀ, ਉਹਦਾ ਵਿਆਹ ਦੀ ਉਮਰ ਨਹੀਂ ਹੋਈ ਹੁੰਦੀ। ਹਾਂ ਤੁਸੀਂ ਬੈਚਲਰ ਡਿਗਰੀ ਮਾਸਟਰ ਡਿਗਰੀ ਕੀਤੀ ਆ, ਬਟ ਗੈਪ ਨਹੀਂ ਹੈਗਾ, ਸਟਿਲ ਯੂ ਕੈਨ ਅਪਲਾਈ। 6.5 ਬੈਂਡ ਚਾਹੀਦੇ ਸਪਾਊਸ ਨੂੰ। ਸਪਾਊਸ ਵਿਹਲਾ ਵੀ ਚੱਲ ਜੂਗਾ, ਸਪਾਊਸ ਖੇਤੀਬਾੜੀ ਵਾਲਾ ਵੀ ਚੱਲ ਜੂਗਾ, ਸਪਾਊਸ ਘੱਟ ਪੜ੍ਹਿਆ ਲਿਖਿਆ ਵੀ ਚੱਲ ਜੂਗਾ। ਬਾਕੀ ਡਿਪੈਂਡ ਕਰਦਾ ਜੀ ਸਮੇਂ ਦੇ ਉੱਤੇ, ਅੱਜ ਸਮਾਂ ਸਾਰਿਆਂ ਦੇ ਨਾਲ ਹੈ। ਸਾਡੇ ਮੁਲਕ ਦੀ ਛਵੀ ਬਹੁਤ ਵਧੀਆ ਹੋ ਗਈ ਅੱਜ ਦੁਨੀਆਂ ਦੇ ਵਿੱਚ। ਆਓ ਸਾਰੇ ਵੀਰ ਭੈਣ ਭਰਾ ਮਿਲ ਕੇ ਲਾਈਏ ਜੋ ਤੁਰੀਏ ਕਿਸੇ ਪਾਸੇ, ਜੋ ਵੀ ਆਪਣੇ ਜ਼ਿੰਦਗੀ ਦੇ ਸੁਪਨੇ ਨੇ, ਜੋ ਵੀ ਨਿਸ਼ਚੇ ਕੀਤੇ ਆ, ਟਾਰਗੇਟ ਆ, ਉਹਨਾਂ ਤੱਕ ਪਹੁੰਚੀਏ। ਮੇਰੀ ਵੀ ਇਹੀ ਕੋਸ਼ਿਸ਼ ਹੈ ਤੁਹਾਨੂੰ ਸਹੀ ਜਾਣਕਾਰੀ ਦੀਏ। ਨਕਲੀ ਕਾਗਜ਼, ਨਕਲੀ ਫੰਡ ਨਾ ਲਾਇਓ, ਰੁਪਈਏ ਆਪਣੇ ਸਾਂਭ ਕੇ ਰੱਖਿਓ। ਬੜੇ ਔਖੇ ਜਿਹੇ ਪੈਸੇ ਕਮਾਉਣੇ ਅੱਜ ਦੀ ਰੇਟ 'ਚ, ਕੰਪੀਟੀਸ਼ਨ ਬੜਾ ਜੇ। ਪੈਸੇ ਅਸੀਂ ਉਦੋਂ ਲਵਾਂਗੇ ਜਦੋਂ ਤੁਹਾਡਾ ਕੰਮ ਹੋ। ਧੰਨਵਾਦ ਦੋਸਤਾਂ ਦਾ ਵੀਰਾਂ ਦਾ, ਥੈਂਕਸ।